खाली किसानों के हितों की लगता है कि इस मोर्चे ने सदन लड़ते रहना है। अज मुख तौर पर साड़ी गल जिथे असी लड़ रहे हाँ उथे अज साड़ी मुख लड़ाई जिहड़ा पंजाब का अमन कानून है जिहदी मिट्टी पीत हो गई। ਸਾਡੇ ਵੀਰਾਂ ਨੇ ਤਾਂ ਬਾਹਰ ਹੀ ਕੰਮ ਕਰਨਾ ਹੁੰਦਾ ਹੈ। ਮੈਂ ਆਪਣੀਆਂ ਭੈਣਾਂ ਨੂੰ ਇਹੋ ਕਹਾਂਗੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੀਏ, ਕਿਉਂਕਿ ਸਾਡੇ ਬੱਚੇ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਦੇ ਜਾ ਰਹੇ ਹਨ। ਜੇ ਅੱਜ ਅਸੀਂ ਦਰਿਆਵਾਂ ਦੇ ਵਾਹਨ ਜਿਹੜਾ ਰੋਕ ਸਕਦੇ ਹਾਂ, ਉਹਨਾਂ ਨੂੰ ਠੱਗ ਪਾ ਸਕਦੇ ਹਾਂ। ਕਿਸਾਨਾਂ ਦੇ ਹਿੱਤਾਂ ਦੀ ਲੜਦਾ ਹੈ ਤੇ ਇਸ ਮੋਰਚੇ ਨੇ ਸਦਨ ਲੜਦੇ ਰਹਿਣਾ ਹੈ। ਅੱਜ ਮੁੱਖ ਤੌਰ ਤੇ ਸਾਡੀ ਗੱਲ ਜਿੱਥੇ ਅਸੀਂ ਲੜ ਰਹੇ ਹਾਂ ਉੱਥੇ ਅੱਜ ਸਾਡੀ ਮੁੱਖ ਲੜਾਈ ਜਿਹੜਾ ਪੰਜਾਬ ਦਾ ਅਮਨ ਕਾਨੂੰਨ ਹੈ ਜਿਹਦੀ ਮਿੱਟੀ ਪੀਤ ਹੋ ਗਈ, ਅੱਜ ਅਸੀਂ ਉਹਦੇ ਤੇ ਆਪਣਾ ਸੰਘਰਸ਼ ਜਿਹੜਾ ਹੈ ਉਹ ਕੇਂਦਰਿਤ ਕੀਤਾ ਹੈ। ਜਿਹੜਾ ਪੰਜਾਬ ਦੇ ਕਾਨੂੰਨ ਦੀ ਵਿਵਸਥਾ ਹੈ, ਕੋਈ ਪਤਾ ਨਹੀਂ ਕਿੱਥੇ ਕੀ ਹੋ ਜਾਣਾ, ਕੋਈ ਪਤਾ ਨਹੀਂ ਕਿਸੇ ਦੇ ਘਰ ਲੁਟੇਰਿਆਂ ਸਮਗਲਰਾਂ ਚੋਰਾਂ ਡਾਕੂਆਂ ਨੇ ਆਣ ਕੇ ਕੀ ਕਰ ਜਾਣਾ ਹੈ। ਪੰਜਾਬ ਦੇ ਕਾਨੂੰਨ ਦੀ ਇਹ ਅਵਸਥਾ ਹੈ। ਜਿੰਨੀ ਕੁ ਮੇਰੀ ਜਾਣਕਾਰੀ ਹੈ, ਜਿੰਨੀ ਕੁ ਮੇਰੀ ਸੋਝੀ ਹੈ, ਮੈਂ ਸਮਝਦਾ ਕਿ ਕੋਈ ਸਰਕਾਰ ਹੋਵੇ, ਹਿੰਦੁਸਤਾਨ ਵਿੱਚ ਹੋਵੇ, ਪੰਜਾਬ ਦੇ ਵਿੱਚ ਹੋਵੇ, ਕੋਈ ਸਰਕਾਰ ਹੋਵੇ, ਕਿਸੇ ਪਾਰਟੀ ਦੀ ਸਰਕਾਰ ਹੋਵੇ, ਸਭ ਤੋਂ ਪਹਿਲਾ ਕੰਮ ਜੇ ਹੈ ਕਿਸੇ ਸਰਕਾਰ ਦਾ ਤੇ ਉਹ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦਾ ਹੈ। ਜਿਹੜੀ ਸਰਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਨਹੀਂ ਕਰ ਸਕਦੀ, ਅਸੀਂ ਕਿਸਾਨਾਂ ਲਈ ਲੜਦੇ ਹਾਂ, ਕਿਸਾਨਾਂ ਦਾ ਭਵਿੱਖ ਚਾਹੁੰਦੇ ਹਾਂ, ਨੌਜਵਾਨਾਂ ਦਾ ਭਵਿੱਖ ਚਾਹੁੰਦੇ ਹਾਂ, ਇਸਤਰੀ ਜਾਤੀ ਨਾਲ ਕੋਈ ਧੱਕਾ ਨਾ ਹੋਵੇ, ਜਾਤੀ ਨਾ ਹੋਵੇ, ਕੋਈ ਬੇਇਨਸਾਫੀ ਨਾ ਹੋਵੇ, ਇਸ ਗੱਲ ਲਈ ਲੜਦੇ ਹਾਂ। ਪਰ ਭਰਾਓ, ਜਿਹੜੀ ਸਰਕਾਰ ਸਾਡੀ ਜ਼ਿੰਦਗੀ ਦੀ ਰਾਖੀ ਨਹੀਂ ਕਰ ਸਕਦੀ, ਸਾਡੀ ਜ਼ਮੀਨ ਜਾਇਦਾਦ ਦਾ ਰਾਖੀ ਨਹੀਂ ਕਰ ਸਕਦੀ, ਉਹ ਸਾਡੀ ਸਰਕਾਰ ਨਹੀਂ। ਸਾਡੇ ਵੀਰਾਂ ਨੇ ਤਾਂ ਬਾਹਰ ਹੀ ਕੰਮ ਕਰਨਾ ਹੁੰਦਾ ਹੈ। ਮੈਂ ਆਪਣੀਆਂ ਭੈਣਾਂ ਨੂੰ ਇਹੋ ਕਹਾਂਗੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੀਏ, ਕਿਉਂਕਿ ਸਾਡੇ ਬੱਚੇ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਦੇ ਜਾ ਰਹੇ ਹਨ। ਜੇ ਅੱਜ ਅਸੀਂ ਦਰਿਆਵਾਂ ਦੇ ਵਾਹਨ ਜਿਹੜਾ ਰੋਕ ਸਕਦੇ ਹਾਂ, ਉਹਨਾਂ ਨੂੰ ਠੱਗ ਪਾ ਸਕਦੇ ਹਾਂ, ਤੇ ਜੇ ਪੰਜਾਬ ਵਿੱਚ ਪੰਜ ਦਰਿਆਵਾਂ ਤੋਂ ਬਾਅਦ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਪਿਆ ਹੈ, ਜੇ ਅੱਜ ਅਸੀਂ ਭੈਣਾਂ ਹੀ ਹਿੰਮਤ ਕਰੀਏ, ਇਹਨਾਂ ਨਸ਼ਿਆਂ ਦੇ ਦਰਿਆਵਾਂ ਨੂੰ ਅਸੀਂ ਬੰਦ ਕਰ ਸਕਦੀਆਂ ਵਾ, ਕਿਉਂਕਿ ਪਿੰਡ ਪਿੰਡ ਵਿੱਚ ਲਹਿਰ ਤੁਰੇ, ਜਿਸ ਤਰ੍ਹਾਂ ਕਲੰਗ ਵਿੱਚ ਅੱਜ ਸਾਡੀਆਂ ਭੈਣਾਂ ਇੱਥੇ ਬੈਠੀਆਂ ਹੋਈਆਂ ਨੇ। ਮੈਂ ਬਾਕੀ ਵੀਰਾਂ ਨੂੰ ਇਹੋ ਹੀ ਕਹਾਂਗੀ ਕਿ ਜਿੱਥੇ ਤੁਸੀਂ ਰੈਲੀ ਤੇ ਜਾਂਦੇ ਹੋ, ਭੈਣਾਂ ਨੂੰ ਵੀ ਨਾਲ ਲੈ ਕੇ ਚੱਲੋ, ਕਿਉਂਕਿ ਭੈਣਾਂ ਹੀ ਘਰ ਚਲਾਉਂਦੀਆਂ ਨੇ ਤੇ ਭੈਣਾਂ ਹੀ ਮੇਨ ਕਰਦਾ ਇੱਕ ਮੈਂਬਰ ਦੇ ਜੋ ਘਰ ਨੂੰ ਅੱਗੇ ਲੈ ਕੇ ਤੁਰਦੀਆਂ ਨੇ, ਤੇ ਉਹ ਹੀ ਮੇਰੀਆਂ ਭੈਣਾਂ ਆਪਣੇ ਬੱਚਿਆਂ ਨੂੰ ਸੇਧ ਦੇਣ, ਸਿੱਖਿਆ ਦੇਣ ਕਿ ਅੱਜ ਨਸ਼ੇ ਦੀ ਦਲਦਲ ਵਿੱਚ ਸਾਡੇ ਬੱਚੇ ਕਿਸ ਤਰ੍ਹਾਂ ਫਸਦੇ ਜਾ ਰਹੇ ਨੇ। ਅਸੀਂ ਆਪਣੇ ਬੱਚਿਆਂ ਵੱਲ ਖਾਸ ਧਿਆਨ ਦਈਏ, ਕਿਸੇ ਤਰ੍ਹਾਂ ਬੱਚੇ ਪਾਰਟੀਆਂ ਕਰਦੇ ਨੇ, ਬਰਥਡੇ ਪਾਰਟੀਆਂ ਦੇ ਬੱਚੇ ਸਾਡੇ ਜਾਂਦੇ ਨੇ, ਉਹਨਾਂ ਦਾ ਇਹ ਖਾਸ ਧਿਆਨ ਰੱਖੋ ਕਿ ਉਹ ਇਹਨਾਂ ਪਾਰਟੀਆਂ ਵਿੱਚ ਨਾ ਜਾ ਸਕਣ, ਕਿਉਂਕਿ ਬੱਚੇ ਇਹ ਤੋਂ ਨਿੱਕੀ ਪਾਰਟੀ ਤੋਂ ਵੱਡੀਆਂ ਪਾਰਟੀਆਂ 'ਚ ਜਾ ਕੇ ਵੜਦੇ ਨੇ, ਕਿਉਂਕਿ ਉਹ ਨਸ਼ੇ ਦੀ ਸ਼ੁਰੂਆਤ ਹੁੰਦੀ ਹੈ ਸਾਡੀ। ਅੱਜ ਸਾਡੇ ਬੱਚੇ ਘਰੋਂ ਬਾਹਰ ਨਿਕਲਦੇ ਨੇ, ਤੇ ਇੱਕ ਸਰਕਾਰਾਂ ਦਾ ਸਿਸਟਮ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਸਾਨੂੰ ਡਰ ਆਉਂਦਾ ਹੈ ਕਿ ਸਾਡੇ ਬੱਚੇ ਕਿਸ ਤਰ੍ਹਾਂ ਕਿਸ ਦਲਦਲ ਵਿੱਚ ਫਸ ਨਾ ਜਾਣ। ਮੇਰਾ ਬੇਟਾ ਵੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਅਸੀਂ 10 ਫੋਨ ਮੈਂ ਕਰਦੀ ਹਾਂ ਵੀ ਬੇਟੇ ਕਿੱਥੇ ਆ ਤੂੰ, ਪੁੱਤ ਕਿੱਥੇ ਆ, ਕਿਉਂਕਿ ਮੈਂ ਇਹੋ ਕਹਿੰਦੀ ਹਾਂ ਕਿ ਮੇਰਾ ਪੁੱਤ ਕਿਤੇ ਗਲਤ ਸੰਗਤ ਵਿੱਚ ਨਾ ਫਸ ਜਾਵੇ। ਇਹ ਸਾਰੀ ਗਲਤੀ ਕਿਹਦੀ ਆ, ਇਹ ਸਰਕਾਰਾਂ ਦੀ ਗਲਤੀ ਆ, ਕਿਉਂਕਿ ਸਰਕਾਰਾਂ ਜੇ ਬੱਚਿਆਂ ਨੂੰ ਰੋਜ਼ਗਾਰ ਦੇਣ, ਇੱਥੇ ਪੰਜਾਬ ਵਿੱਚ ਬੇਰੁਜ਼ਗਾਰੀ ਨਾ ਹੋਵੇ ਤੇ ਸਾਡੇ ਬੱਚੇ ਪੁੱਠਿਆਂ ਕੰਮਾਂ ਵੱਲ ਨਾ ਪੈਣ, ਤੇ ਬਹੁਤਾ ਰੁਝਾਨ ਸਾਡਾ ਇਹ ਹੈ ਕਿ ਅਸੀਂ ਪਲੱਸ ਟੂ ਕਰਾ ਕੇ ਆਪਣੇ ਬੱਚਿਆਂ ਨੂੰ ਆਈਲੈਟਸ ਕਰਾਉਂਦੇ ਹਾਂ ਤੇ ਬਾਹਰ ਭੇਜ ਦਿੰਦੇ ਹਾਂ, ਕਿਉਂਕਿ ਮੇਰੇ ਭੈਣੋ ਵੀਰੋ ਬਾਹਰ ਵੀ ਨਸ਼ਾ ਬਹੁਤ ਜ਼ਿਆਦਾ ਵਾ। ਅੱਜ ਅਸੀਂ ਇਹ ਵੇਖੀਏ ਕਿ ਜੇ ਸਾਰੇ ਬੱਚੇ ਸਾਡੇ ਪੰਜਾਬ ਤੋਂ ਬਾਹਰ ਤੁਰ ਗਏ ਤੇ ਸਾਡੇ ਕੋਲ ਕੌਣ ਹੈ, ਕੱਲ ਨੂੰ ਸਾਡੇ ਲਾਗੇ ਕੌਣ ਰਹੂਗਾ, ਕਿਉਂਕਿ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਜਿੱਥੇ ਕੱਲੇ ਕੱਲੇ ਸ਼ਖਸ ਨੂੰ ਇਹ ਲੋਕ ਜਿਹੜੇ ਚੋਰ ਵਾ, ਸਾਡੇ ਕਾਤਲ ਵਾ, ਸਾਡੇ ਵੀਰਾਂ ਭੈਣਾਂ ਨੂੰ ਮਾਰ ਕੇ ਕਤਲ ਕਰ ਰਹੇ ਨੇ, ਕਿਉਂਕਿ ਇਹੋ ਹੀ ਆ ਵੀ ਸੰਯੁਕਤ ਪਰਿਵਾਰ ਰਵੇ, ਇਕੱਠਾ ਪਰਿਵਾਰ ਰਵੇ ਤੇ ਕੋਈ ਵੀ ਕਿਸੇ ਨੂੰ ਕੁਝ ਨਹੀਂ ਕਰ ਸਕਦਾ।